ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚਲਦੇ ਹਾਂ ਜੀ ਅੱਜ ਦੀਆਂ ਆਪਣੀਆਂ ਖਾਸ-ਖਾਸ ਖਬਰਾਂ ਦੇ ਉੱਤੇ ਪਹਿਲੀ ਖਬਰ ਆਪਣੇ ਇਟਲੀ ਦੇ ਨਾਲ ਸਬੰਧਤ ਹੈ ਇਟਲੀ ਦਾ ਇੱਕ ਸ਼ਹਿਰ ਫਲੋਰੈਂਸ ਜਿੱਦੇ ਵਿੱਚ ਦੋ ਜਿਹੜੇ ਸਕੇ ਭਰਾ ਸਨ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਇੱਕ ਦੀ ਉਮਰ 20 ਸਾਲ ਦੀ ਹੈ ਤੇ ਦੂਸਰੀ ਦੀ 26 ਸਾਲ ਇਹ ਜਿਹੜੀ ਘਟਨਾ ਹੋਈ ਹੈ ਇਹ ਤਕਰੀਬਨ ਵਿਆ ਦੇਲੇ ਗੋਰੇ ਇਸ ਲਾਕੇ ਦੇ ਵਿੱਚ ਇਹ ਘਟਨਾ ਹੋਈ ਹੈ ਇਹਦੇ ਵਿੱਚ ਦੋ ਜਿਹੜੇ ਮਰੋਕੋ ਦੇ ਨਾਲ ਸੰਬੰਧਿਤ ਪ੍ਰਾਸਨ ਸਕੇ ਪ੍ਰਾ ਇੱਕ 20 ਸਾਲ ਦੇ ਇੱਕ 26 ਸਾਲ ਦਾ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਇਹਨਾਂ ਦੇ ਗੁਨਾਹ ਦੇ ਵਾਸਤੇ ਕੀਤਾ ਗਿਆ ਹੈ ਦੋ ਮਗਰੀਬੀਨ ਜਿਨ੍ਹਾਂ ਦੀ ਕਿ ਉਮਰ 24 ਸਾਲ ਤੇ 27 ਸਾਲ ਸੀ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਝਗੜਾ ਹੁੰਦਾ ਹੈ ਇਹਨਾਂ ਦੋਨਾਂ ਜਵਾਨ ਮੁੰਡਿਆਂ ਦੇ ਵਿੱਚੋਂ ਇੱਕ ਦੀ ਜਿਹੜੀ ਮੌਤ ਹੈ ਜੀ ਥੋੜੀ ਦੇਰ ਦੇ ਬਾਅਦ ਹੀ ਹੋ ਜਾਂਦੀ ਹੈ ਜਦੋਂ ਕਿ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਉਸ ਤੋਂ ਬਾਅਦ ਇੱਕ ਰਾਹੀਰ ਜਿਹੜਾ ਕਿ ਇਹ ਸਾਰਾ ਕੁਝ ਦੇਖ ਰਿਹਾ ਸੀ ਉਸਨੇ ਜਿਹੜਾ ਪੁਲਿਸ ਨੂੰ ਫਟਾਫਟ ਸੂਚਿਤ ਕੀਤਾ ਤੇ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਨੇ ਆ ਕੇ ਦੋਨਾਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਦੇਖਿਆ ਕਿ ਜਿਹੜੇ ਉਹਨਾਂ ਦੇ ਗਲੇ ਦੇ ਉੱਤੇ ਵੀ ਕੱਟ ਦੇ ਨਿਸ਼ਾਨ ਸਨ ਹੱਥ ਦੇ ਵਿੱਚ ਜਿਹੜੀ ਉਹਨਾਂ ਦੇ ਕੁਝ ਚਾਕੂ ਵਗੈਰਾ ਦੇ ਨਿਸ਼ਾਨ ਸਨ ਤੇ ਪਿੱਠ ਦੇ ਉੱਤੇ ਵੀ ਕੁਝ ਕਟਿੰਗ ਵਗੈਰਾ ਹੋਈਆਂ ਹੋਈਆਂ ਸਨ ਬਾਕੀ ਅਗਲੀ ਖਬਰ ਦੇ ਉੱਤੇ ਜਾਣ ਤੋਂ ਪਹਿਲਾਂ ਦੇਖ ਲਈਏ ਕਿ ਕੇਸ ਇਟਲੀ ਦੇ ਵਿੱਚ ਕਿੰਨੇ ਆਏ ਹਨ 1589 ਕੇਸ ਜਿਹੜਾ ਨਾਮ ਆਇਆ ਹੈ 51 ਲੋਕਾਂ ਦੀ ਡੈਥ ਹੋਈ ਹੈ ਕਰੋਨਾ ਦੀ ਵਜ੍ਹਾ ਨਾਲ ਬਾਕੀ ਤੁਹਾਡੇ ਮਨ ਦੇ ਵਿੱਚ ਆਏਗਾ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕੇਸ ਇਟਲੀ ਵਿੱਚ ਬਹੁਤ ਵੱਧ ਰਹੇ ਹਨ ਪਰੰਤੂ ਕੇਸ ਤਾਂ ਬਹੁਤ ਘਟਾਏ ਹੈ 1589 ਕੇਸ ਆਏ ਹਨ ਤੇ ਇਹਦੇ ਪਿੱਛੇ ਜਿਹੜਾ ਕਾਰਨ ਇਹ ਕਿ ਜਿਹੜੇ ਟੈਸਟ ਬਹੁਤ ਘਟ ਕੀਤੇ ਗਏ ਹਨ 83426 ਟੈਸਟ ਕੀਤਾ ਗਿਆ ਹੈ ਤੇ ਇਹਨਾਂ ਦੇ ਵਿੱਚੋਂ 18.1% ਜਿਹੜੀ ਪਾਸੋ ਦੀ ਪੋਜ਼ਿਟਿਵ ਤਾਂ ਆਈ ਹੈ ਸੋ ਜਿਸ ਦਿਨ ਜਿਹੜੇ ਟੈਸਟ ਜ਼ਿਆਦਾ ਹੁੰਦੇ ਹਨ ਉਸ ਦਿਨ ਜਿਹੜਾ ਹੈ ਜੀ ਕੇਸ ਵੀ ਜ਼ਿਆਦਾ ਆਉਂਦੇ ਹਨ ਹੁਣ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਦੇ ਉੱਤੇ ਨੈਕਸਟ ਅਪਡੇਟ ਆਪਣਾ ਇਸ ਤਰ੍ਹਾਂ ਹੈ ਕਿ ਜਦਾਂ ਕਿ ਬਿਜਲੀ ਵਗੈਰਾ ਜਿਹੜੇ ਲੋਕ ਗੱਲ ਕਰਦੇ ਹਨ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਸਟੇਟਾਂ ਹੋਈਆਂ ਹਨ ਜਿਹੜੀਆਂ ਕਿ ਕੁਝ ਬਿਜਲੀ ਵਗੈਰੇ ਦੇ ਜਿਹੜੇ ਬਿੱਲ ਹਨ ਲੋਕਾਂ ਦੇ ਪੇ ਕਰਦੀਆਂ ਹਨ ਮਤਲਬ ਸਰਕਾਰਾਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਫ੍ਰੀ ਬਿਜਲੀ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਵੈਸੇ ਜਿਹੜਾ ਅਜੇ ਤੱਕ ਯੂਰਪ ਦੇ ਕਿਸੇ ਵੀ ਦੇਸ਼ ਦੇ ਵਿੱਚ ਆਪਾਂ ਨਹੀਂ ਸੁਣਿਆ ਕਿ ਜਿਹੜੀ ਬਿਜਲੀ ਹੈ ਜੀ ਲੋਕਾਂ ਨੂੰ ਫ੍ਰੀ ਦਿੱਤੀ ਜਾਵੇ ਜਾਂ ਜਿਹੜੇ ਬਿੱਲ ਹਨ ਬਿਜਲੀ ਦੇ ਉਹ ਸਰਕਾਰ ਪੇ ਕਰੇ ਜੇ ਤੁਸੀਂ ਇਟਲੀ ਦੇ ਵਿੱਚ ਵੀ ਰਹਿੰਦੇ ਹੋ ਤੁਸੀਂ ਦੇਖਿਆ ਹੋਵੇਗਾ ਕਿ ਇਟਲੀ ਦੇ ਵਿੱਚ ਜੋ ਵੀ ਬਿੱਲ ਵਗੈਰਾ ਆਉਂਦੀਆਂ ਤੁਸੀਂ ਆਪ ਹੀ ਪੇ ਕਰਦੇ ਹੋ ਮੈਕਸਿਮਮ ਇੰਨਾ ਹੋ ਸਕਦਾ ਹੈ ਕਿ ਕਿਸੇ ਨੂੰ ਥੋੜੀ-ਬੋੜੀ ਜਿਹੜੀ ਕੋਈ ਸਕੋਨਟ ਵਗੈਰਾ ਮਿਲ ਜਾਵੇ ਡਿਸਕਾਊਂਟ। ਪਰੰਤੂ ਯੂਰਪ ਦਾ ਇੱਕ ਇਹੋ ਜਿਹਾ ਦੇਸ਼ ਵੀ ਆ ਰਿਹਾ ਹੈ ਬਹੁਤ ਜਲਦੀ ਜਿਹੜਾ ਹੈ ਜੀ ਉੱਥੇ ਇਹ ਕੰਮ ਹੋ ਜਾਵੇਗਾ। ਬਾਅਦ ਵਿੱਚ ਹੋ ਸਕਦਾ ਹੈ ਕਿ ਜਿਹੜੀ ਇਹ ਚੀਜ਼ ਹੈ ਸਿਸਟਮ ਹੈ ਜਿਹੜਾ ਇਟਲੀ ਦੇ ਵਿੱਚ ਵੀ ਲਾਗੂ ਕਰ ਦਿੱਤਾ ਜਾਵੇ ਕਿ ਜਿਹੜੇ ਬਿਜਲੀ ਦੇ ਬਿੱਲ ਹਨ ਉਹ ਸਰਕਾਰ ਪੇ ਕਰੇ। ਹੁਣ ਉਹ ਦੇਸ਼ ਕਿਹੜਾ ਹੈ ਤੁਹਾਨੂੰ ਇਸ ਦੇ ਬਾਰੇ ਵੀ ਦੱਸ ਰਿਹਾ ਇਹ ਦੇਸ਼ ਹੈ ਜੀ ਜਰਮਨ। ਇਸ ਟਾਈਮ ਜਰਮਨ ਦੀ ਸਰਕਾਰ ਪੈਸੇ ਤੁਹਾਨੂੰ ਇਹ ਦੱਸਦੀ ਹੈ ਕਿ ਜਰਮਨ ਦੀ ਵੀ ਜਿਹੜੀ ਤਨਖਾਹ ਹੈ ਜੀ ਸੈਲਰੀ ਹੈ ਉਹ ਇਟਲੀ ਤੋਂ ਜ਼ਿਆ ਲੋਕਾਂ ਦੀ ਉੱਤੇ ਕਮਾਈ ਵੀ ਜ਼ਿਆਦਾ ਹੈ ਤੇ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਕਮਾਈ ਜ਼ਿਆਦਾ ਹੋਣ ਦੀ ਵਜ੍ਹਾ ਦੇ ਨਾਲ ਜਿਹੜੇ ਖਰਚੇ ਹੁੰਦੇ ਹਨ ਉਹ ਵੀ ਜ਼ਿਆਦਾ ਪੈਂਦੇ ਹਨ ਹੁਣ ਜਿਹੜੀ ਮੇਨ ਮੁੱਦੇ ਦੀ ਗੱਲ ਏ ਕਿ ਜਰਮਨ ਗਵਰਨਮੈਂਟ ਜਿਹੜੀ ਹੈ ਜੀ ਇੱਕ ਬਿੱਲ ਜਿਹੜਾ ਹੈ ਪੇ ਕਰ ਆਪਣਾ ਬਿੱਲ ਬਣਾ ਰਹੀ ਹੈ ਮਸੌਦਾ ਤਿਆਰ ਕਰ ਰਹੀ ਹੈ ਦੱਸਿਆ ਜਾਂਦਾ ਹੈ ਕਿ ਬਹੁਤ ਜਲਦੀ ਜਿਹੜਾ ਹੈ ਜੀ ਇਸ ਦੇ ਉੱਤੇ ਫੈਸਲਾ ਲੈ ਲਿਆ ਜਾਵੇਗਾ ਇਹਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਕਰਨਾ ਹੈ ਕਿ ਦਸੰਬਰ ਮਹੀਨੇ ਦਾ ਜਿਹੜਾ ਬਿੱਲ ਹੈ ਦਸੰਬਰ ਦਾ ਬਿੱਲ ਜਿੰਨੇ ਵੀ ਘਰੇਲੂ ਹਨ ਡੋਮੈਸਟਿਕ ਹਨ ਤੇ ਬਿਜ਼ਨਸ ਕਲਾਸ ਜਿੱਦਾਂ ਕਿ ਫੈਕਟਰੀਜ਼ ਵਗੈਰਾ ਦੀ ਜਿਹੜੀ ਬਿੱ ਉਨਾ ਨੂੰ ਸਰਕਾਰ ਜਿਹੜੀ ਹੈ ਜੀ ਮਦਦ ਕਰੇਗੀ ਤੇ ਜਿਹੜਾ ਸਿਸਟਮ ਹੈ ਜੀ ਦੱਸਿਆ ਜਾਂਦਾ ਹੈ ਕਿ ਇਹ 2024 ਤੱਕ ਰਹਿ ਸਕਦਾ ਹੈ ਮਤਲਬ ਦਸੰਬਰ ਦਾ ਬਿੱਲ ਹੀ ਮਾਫ ਨਹੀਂ ਹੋਵੇਗਾ ਹੋ ਸਕਦਾ ਹੈ ਕਿ ਜਿਹੜੇ ਨੈਕਸਟ ਮੰਥ ਹੋਣਗੇ ਉਹਨਾਂ ਦੇ ਜਿਹੜੇ ਬਿੱਲ ਵੀ ਸਰਕਾਰ ਆਪ ਭੇ ਕਰੇ ਬਾਕੀ ਦੇ ਵਿੱਚ ਇੱਕ ਹੋਰ ਵੀ ਸ਼ੰਕਾ ਜਾਰੀ ਕੀਤੀ ਗਈ ਹੈ ਇਸ ਬਿੱਲ ਦੇ ਵਿੱਚ ਕਿ ਸਰਕਾਰ ਹੋ ਸਕਦਾ ਹੈ ਕਿ ਜਿਹੜੇ ਬਿੱਲ ਹੈ ਜੀ ਦਸੰਬਰ ਤੋਂ ਹੀ ਸ਼ੁਰੂ ਕਰ ਦੇਵੇ ਬਾਕੀ ਦੇ ਵਿੱਚ ਇੱਕ ਹੋਰ ਚੀਜ਼ ਦੱਸੀ ਗਈ ਹੈ ਕਿ ਜਦੋਂ ਬਸੰਤਰੋਤ ਆਵੇਗੀ 2023 ਦੀ ਉਹਦੇ ਵਿੱਚ ਸਰਕਾਰ ਇੱਕ ਹੋਰ ਜਿਹੜਾ ਨਵਾਂ ਪੈਕੇਜ ਲੈ ਕੇ ਆਵੇਗੀ ਬਾਕੀ ਇਟਲੀ ਦੇ ਵਿੱਚ ਵੀ ਇਹ ਕੰਮ ਹੋ ਸਕਦਾ ਸਰਕਾਰ ਕਰ ਦੇਵੇ ਨੈਕਸਟ ਗੱਲ ਜਿਹੜੀ ਉਹਨਾਂ ਲੋਕਾਂ ਦੇ ਨਾਲ ਸਬੰਧਤ ਹੈ ਜਿਹੜੇ ਇਟਲੀ ਦੇ ਵਿੱਚ ਕੰਮ ਕਰਦੇ ਹਨ ਜਾਂ ਜਿਹੜੇ ਕੰਮ ਕਰ ਚੁੱਕੇ ਹਨ ਤੇ ਪੈਨਸ਼ਨ ਵਗੈਰਾ ਲੈ ਰਹੇ ਹਨ ਸਰਕਾਰ ਤੋਂ ਉਹਨਾਂ ਦੇ ਵਾਸਤੇ ਜਿਹੜੀ ਗੁੱਡ ਨਿਊਜ਼ ਆ ਰਹੀ ਹੈ ਇਹਦੇ ਵਿੱਚ ਹੀ ਦੱਸਿਆ ਗਿਆ ਕਿ ਜਿਹੜੀ ਗੁੱਡ ਨਿਊਜ਼ ਹੈ ਜੀ ਬਹੁਤ ਜਲਦੀ ਤੁਹਾਨੂੰ ਮਿਲ ਸਕਦੀ ਹੈ ਜਿਹੜਾ ਬੋਨਸ ਹੈ ਜੀ ਤੁਹਾਡੇ ਵੱਲ ਇੱਕ ਚੱਲ ਕੇ ਆ ਰਿਹਾ ਹੈ ਇਹਦੇ ਵਿੱਚ ਸਰਕਾਰ ਨੇ ਜਿਹੜੇ 150 ਯੂਰੋ ਦਾ ਜਿਹੜਾ ਬੋਨਸ ਹੈ ਜੀ ਤੁਹਾਡੇ ਵਾਸਤੇ ਰੱਖਿਆ ਹੋਇਆ ਤੇ ਦਿਨ ਪਰ ਦਿਨ ਤੁਹਾਡੇ ਨੇੜੇ ਆ ਰਿਹਾ ਹੈ ਇਹ ਜੀ ਤੁਹਾਨੂੰ ਇਹ ਦੱਸਦੀ ਕਿ ਪਹਿਲਾਂ ਜਿਹੜਾ ਬੋਨਸ ਸੀ ਜੀ 200 ਯੂਰੋ ਸੀ ਤੇ ਹੁਣ ਇਸ ਨੂੰ ਘਟਾ ਕੇ 150 ਯੂਰੋ ਕੀਤਾ ਗਿਆ ਹੈ। ਪੱਕੀ ਜਿਹੜੀ ਉਮੀਦ ਹੈ ਜੀ ਇਸ ਦੀ ਉਮੀਦ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਮਤਲਬ ਨਵੰਬਰ ਆ ਜਿਹੜਾ ਆ ਰਿਹਾ ਹੈ ਇਸ ਦੇ ਵਿੱਚ ਜਿਹੜਾ ਲੋਕਾਂ ਨੂੰ ਚਾਂਸ ਬਣ ਰਹੇ ਹਨ ਕਿ ਜਿਹੜਾ ਪੈਸਾ ਹੈ ਮਿਲ ਜਾਵੇ। ਹੁਣ ਇਹ ਬੋਨਸ ਤਾਂ ਠੀਕ ਹੈ ਜੀ 150 ਯੂਰੋ ਪਰੰਤੂ ਬਹੁਤ ਵੀਰਾਂ ਦੇ ਫਿਰ ਕਮੈਂਟ ਆਉਂਦਿਆਂ ਕਿ ਇਹ ਬੋਨਸ ਜਿਹੜਾ ਹੈ ਜੀ ਕਿਸ ਨੂੰ ਮਿਲ ਸਕਦਾ ਹੈ? ਕੌਣ ਇਸ ਦਾ ਹੱਕਦਾਰ ਹੈ? ਇਸ ਨੂੰ ਲੈਣ ਦੇ ਵਾਸਤੇ ਕੀ ਕਰਨਾ ਪਵੇਗਾ ਕਿੱਥੇ ਜਾਣਾ ਪਵੇਗਾ ਦਮਾਂਦਾਸ ਇਜ਼ੀ ਕਿੰਨਾ ਹੋਣਾ ਚਾਹੀਦਾ ਰਹੀ ਤੋਂ ਕਿੰਨੀ ਹੋਣੀ ਚਾਹੀਦੀ ਹੈ ਤੇ ਜਿਹੜਾ ਸਾਰੇ ਸਵਾਲਾਂ ਦਾ ਤੁਹਾਨੂੰ ਜਵਾਬ ਦੱਸੀਏ ਕਿ ਜਿਹੜੀ ਤੁਹਾਡੀ ਆਮਦਨ ਹੈ ਸਲਾਨਾ ਆਮਦਨ 20000 ਯੂਰੋ ਤੋਂ ਘੱਟ ਹੋਣੀ ਚਾਹੀਦੀ ਹੈ ਇਸ ਨੂੰ ਇਟਲੀ ਦੇ ਵਿੱਚ ਤਕਰੀਬਨ 22 ਮਿਲੀਅਨ ਲੋਕ ਮਤਲਬ 2 ਕਰੋੜ ਤੇ 20 ਲੱਖ ਲੋਕ ਜਿਹੜੇ ਹਨ ਇਸ ਨੂੰ ਲੈਣ ਦੇ ਵਾਸਤੇ ਇਸ ਟੈਂਜਨਿਕੇਸ ਦੀ ਵੇਟ ਕਰ ਰਹੇ ਹਨ ਇੱਥੇ ਇੱਕ ਚੀਜ਼ ਹੋਰ ਪ੍ਰੂਵ ਹੁੰਦੀ ਹੈ ਕਿ ਇਟਲੀ ਦੇ ਵਿੱਚ 2 ਕਰੋੜ ਤੇ 20 ਲੱਖ ਲੋਕ ਇਹੋ ਜਿਹੇ ਹਨ ਜਿਨ੍ਹਾਂ ਦੀ ਜਿਹੜੀ ਸਲਾਨਾ ਆਮਦਨ 2000 ਯੂਰੋ ਜਾਂ ਇਸ ਤੋਂ ਘੱਟ ਹੈ ਹੁਣ ਜਿਹੜਾ ਅਗਲਾ ਇਸ ਦਿੱਤੇ ਸਵਾਲੇ ਬਣਦੇ ਕਿ ਪੈਸੇ ਲੈਣ ਦੇ ਵਾਸਤੇ ਤੁਸੀਂ ਕਰਨਾ ਕੀ ਹੈ ਇਹਦੇ ਵਾਸਤੇ ਇਸ ਤਰ੍ਹਾਂ ਇੱਕ ਜਿਹੜੇ EMPLOYEE ਹੋਣਗੇ ਤੇ ਰਿਟਾਇਰ ਲੋਕ ਐਗਜ਼ਾਮਪਲ ਦੇ ਵਾਸਤੇ ਤੁਹਾਨੂੰ ਦੱਸ ਰਿਹਾ ਉਹਨਾਂ ਨੂੰ ਕੋਈ ਵੀ ਜਿਹੜਾ ਫਿਲ ਆਊਟ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਇਹ ਜਿਹੜਾ ਬੋਨਸ ਹੈ ਜੀ ਆਟੋਮੈਟਿਕਲੀ ਤਰੀਕੇ ਦੇ ਨਾਲ ਤੁਹਾਡੇ ਅਕਾਊਂਟ ਦੇ ਵਿੱਚ ਆਉਣਾ ਹੈ ਬਿਲਕੁਲ ਉਸੇ ਤਰ੍ਹਾਂ ਹੀ ਹੋਣਾ ਹੈ ਜਿਸ ਤਰ੍ਹਾਂ ਲਾਸਟ ਜੁਲਾਈ ਮਹੀਨੇ ਦੇ ਵਿੱਚ ਹੋਇਆ ਸੀ ਜਦੋਂ 200 ਯੂਰੋ ਤੁਹਾਡੇ ਅਕਾਊਂਟ ਦੇ ਵਿੱਚ ਆਇਆ ਸੀ ਉਸ ਟਾਈਮ ਕਿਯੂਐਸਈ ਕੀ ਫੈਕਟਰੀ ਵਗੈਰਾ ਜਿੱਥੇ ਤੁਸੀਂ ਕੰਮ ਕਰਦੇ ਹੋ ਉਹਨਾਂ ਨੇ ਇੱਕ ਫਾਰਮ ਤੁਹਾਡੇ ਕੋਲੋਂ ਸਾਈਨ ਕਰਵਾਇਆ ਸੀ ਤੁਸੀਂ ਉਹ ਫਾਰਮ ਸਾਈਨ ਕੀਤਾ ਸੀ ਜਿਹੜੇ ਲੋਕ ਕੋਪ੍ਰਾਤੀਵਾਦੀ ਵਿੱਚ ਕੰਮ ਕਰਦੇ ਸਨ ਉਹਨਾਂ ਨੇ ਵੀ ਇਸੇ ਤਰ੍ਹਾਂ ਇੱਕ ਫਾਰਮ ਦੇ ਉੱਤੇ ਸਾਈਨ ਕੀਤੇ ਸਨ ਬਾਕੀ ਇਸ ਵਾਰ ਵੀ ਜਿਹੜਾ ਬਿਲਕੁਲ ਸੇਮ ਪ੍ਰੋਸੀਜਰ ਹੈ ਕੋਈ ਵੀ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਕੋਈ ਦਮਾਂਦਾ ਨਹੀਂ ਕਰਨਾ ਸਾਰਾ ਕੁਝ ਆਟੋਮੈਟਿਕਲੀ ਤਰੀਕੇ ਨਾਲ ਹੋਵੇਗਾ ਬਾਕੀ ਇਟਲੀ ਦੇ ਵਿੱਚ ਇਸ ਟਾਈਮ ਕੰਮਾਂ ਦੇ ਉੱਤੇ ਜਿਹੜੇ ਹਾਲਾਤ ਹਨ ਜੀ ਬਹੁਤੇ ਵਧੀਆ ਨਹੀਂ ਹਨ ਕਾਫੀ ਜਿੱਦਾਂ ਕਿ ਅਣਗੈਨੀ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਡੈਥ ਵਗੈਰਾ ਇਟਲੀ ਦੇ ਵਿੱਚ ਕ ਇਹਦੇ ਵਿੱਚ ਜਿਹੜਾ ਪਹਿਲੇ 8 ਮਹੀਨਿਆਂ ਦਾ ਮਤਲਬ ਜਨਵਰੀ ਤੋਂ ਲੈ ਕੇ ਅਗਸਤ 2022 ਦਾ ਜਿਹੜਾ ਡਾਟਾ ਇਹ ਜੀ ਤਿਆਰ ਹੋ ਚੁੱਕਾ ਹੈ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਤਕਰੀਬਨ 670 ਲੋਕ ਜਿਹੜੇ ਹਨ ਇਹਨਾਂ ਦੀ ਕੰਮ ਦੇ ਉੱਤੇ ਡੈਥ ਹੋਈ ਹੈ ਜਿਹੜੀ ਐਵਰੇਜ ਨਿਕਲਦੀ ਹੈ ਹਰ 300 ਲੋਕਾਂ ਦੀ ਕੰਮ ਦੇ ਉੱਤੇ ਡੈਥ ਹੋ ਰਹੀ ਹੈ ਇੱਕ ਮਹੀਨੇ ਵਿੱਚ ਦੱਸਿਆ ਗਿਆ ਹੈ ਕਿ 84 ਲੋਕਾਂ ਦੀ ਮੌਤ ਹੋ ਰਹੀ ਹੈ ਕੰਮਾਂ ਦੇ ਉੱਪਰ ਚਲਦਿਆਂ ਜੀ ਨੈਕਸਟ ਅਪਡੇਟ ਦੇ ਉਤੇ ਨੈਕਸਟ ਅਪਡੇਟ ਵੀ ਆਪਣਾ ਇਟਲੀ ਦੇ ਨਾਲ ਸੰਬੰਧਿਤ ਹੈ ਇੱਕ ਲਾਕਾ ਪੈਂਦਾ ਹੈ ਹਸਪੀਟਲ ਦੇ ਬੋਲੇ ਇਲਾਕਾ ਤੁਹਾਨੂੰ ਦੱਸਿਆ ਕਿ ਉਹ ਨੀ ਬਲੂਨੀਆਂ ਦੇ ਨੇੜੇ ਪੈਂਦਾ ਹੈ। ਇਹਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਇੱਕ 47 ਸਾਲ ਦਾ ਇੱਕ ਆਦਮੀ ਜਿਸ ਨੂੰ ਕਿ ਜਿਹੜਾ ਕਿ ਆਪਣੇ ਘਰ ਦੇ ਵਿੱਚ ਸੀ ਤੇ ਉਸ ਨੂੰ ਜਿਹੜਾ ਹਾਰਟ ਅਟੈਕ ਆਉਂਦਾ ਹੈ। ਹੁਣ ਜਦੋਂ ਕਿਸੇ ਬੰਦੇ ਨੂੰ ਇਹ ਹਾਰਟ ਟੈਕ ਦਾ ਦੌਰੇ ਪੈਂਦਾ ਤਾਂ ਉਸ ਟਾਈਮ ਬੰਦੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਇੰਨੀ ਜ਼ਿਆਦਾ ਦਰਦ ਹੁੰਦੀ ਹੈ। ਉਸ ਟਾਈਮ ਦੱਸਿਆ ਜਾ ਰਿਹਾ ਕਿ ਜਿਹੜੀ ਉਸ ਦੀ ਪਤਨੀ ਤੇ ਇੱਕ ਛੋਟੀ ਬੱਚੀ ਜਿਹੜੀ ਕਿ 11 ਸਾਲ ਦੀ ਸੀ। ਉਸ ਟਾਈਮ ਮਤਲਬ ਘਰ ਦੇ ਵਿੱਚ ਹੀ ਸਨ ਤੇ ਜਦੋਂ ਬੱਚੀ ਨੇ ਦੇਖਿਆ ਕਿ ਉਸ ਦੇ ਪਿਤਾ ਨੂੰ ਹਾਰਟ ਟੈਕ ਆਇਆ ਤਾਂ ਉਹ ਜਿਹੜੀ ਮਾਂ ਉਸੇ ਆਦਮੀ ਦੇ ਕੋਲ ਹੀ ਰਹਿੰਦੀ ਹੈ। ਜਿਹੜੀ ਬੱਚੀ ਹੈ ਜੀ ਇੱਕਦਮ ਗਵਾਂਡੀਆਂ ਦੇ ਘਰਾਂ ਦੇ ਵੀ ਜਾਂਦੀ ਹੈ ਤੇ ਉੱਥੇ ਜਾ ਕੇ ਉਹਨਾਂ ਨੂੰ ਦੱਸਦੀ ਹੈ ਕਿ ਉਸਦੇ ਪਿਤਾ ਨੂੰ ਜਿਹੜਾ ਹਾਰਟ ਐਟੈਕ ਆ ਚੁੱਕਾ ਹੈ ਤੇ ਗਵਾਂਡੀ ਜਿਹੜੇ ਸਨ ਉਹਨਾਂ ਨੇ ਵੀ ਇੱਕ ਵਧੀਆ ਕੰਮ ਕੀਤਾ ਉਹਨਾਂ ਨੇ ਇੱਕਦਮ ਜਿਹੜਾ ਮਤਲਬ 118 ਨੰਬਰ ਦੇ ਉੱਤੇ ਫੋਨ ਕੀਤਾ ਤੇ ਸਾਰੀ ਜਿਹੜੀ ਜਾਣਕਾਰੀ ਉਹਨਾਂ ਨੂੰ ਦੱਸੀ ਤੇ ਨਾਲ ਹੀ ਜਿਹੜੀ ਇਨਫੋਰਮੇਸ਼ਨ ਉਹਨਾਂ ਦੇ ਕੋਲੋਂ ਵੀ ਲਈ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਜਦ ਤੱਕ ਐਂਬੂਲੈਂਸ ਨਹੀਂ ਆਉਂਦੀ ਤਦ ਤੱਕ ਉਹਨਾਂ ਨੇ ਕੀ ਕਰਨਾ ਹੈ ਤੇ ਗਵਾਂਡੀਆਂ ਨੇ ਬਿਲਕੁਲ ਜਿੱਦਾਂ ਕਿ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿੱਦਾਂ ਕਿ ਹਾਰਟ ਨੂੰ ਪੰਪ ਵਗੈਰਾ ਕਰਨਾ ਸੀ ਉਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਤੇ ਦੱਸਿਆ ਗਿਆ ਹੈ ਕਿ ਐਂਬੂਲੈਂਸ ਆਉਣ ਦੇ ਵਿੱਚ ਤਕਰੀਬਨ 9 ਮਿੰਟ ਦਾ ਸਮਾਂ ਲੱਗਾ ਤੇ ਅਗਰ ਇਸ ਟਾਈਮ ਉਹ ਇਹ ਕੰਮ ਨਾ ਕਰਦੇ ਗੁਆਢੀ ਤੇ ਉਸ ਜਿਹੜੀ ਡੈਥ ਹੋ ਸਕਦੀ ਸੀ ਉਸ ਛੋਟੀ ਬੱਚੀ ਦੀ ਵਜ੍ਹਾ ਦੇ ਨਾਲ ਉਸ ਦੀ ਸਿਆਣਪ ਦੇ ਨਾਲ ਦੱਸਿਆ ਗਿਆ ਹੈ ਕਿ ਉਸ ਦੇ ਪਿਤਾ ਦੀ ਜਿਹੜੀ ਜਾਨ ਬਚ ਜਾਂਦੀ ਹੈ ਹੁਣ ਚਲਦੇ ਹਾਂ ਜੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਤੁਸੀਂ ਸੁਣਿਆ ਹੋਵੇਗਾ ਕਿ ਡਿਜੀਟਲ ਕਰੰਸੀ ਜਿੱਦਾਂ ਕਿ ਬਹੁਤੇ ਲੋਕਾਂ ਨੇ ਸ਼ਾਇਦ ਜਿਹੜੀ ਇਹ ਜਿੱਦਾਂ ਕਿ ਬਿਟਕੋਇਨ ਜਾਂ ਥੀਰੀਅਮ ਵਗੈਰਾ ਖਰੀਦੇ ਹੋਣਗੇ ਇਹ ਵੀ ਇੱਕ ਤਰ੍ਹਾਂ ਦੀ ਡਿਜੀਟਲ ਕਰੰਸੀ ਹੀ ਹੁੰਦੀਆਂ ਜਿਨ੍ਹਾਂ ਦੀ ਕੋਈ ਵੀ ਹੁੰਦ ਨਹੀਂ ਹੁੰਦੀ ਤੁਸੀਂ ਡਿਜੀਟਲ ਕਰੰਸੀ ਨੂੰ ਆਪਣੇ ਬਟੂਏ ਦੇ ਵਿੱਚ ਨਹੀਂ ਰੱਖ ਸਕਦੇ ਇਹ ਮਤਲਬ ਕਿ ਇੱਕ ਵਰਚੁਅਲ ਤੌਰ ਤੇ ਜਿੱਦਾਂ ਕਿ ਹਵਾ ਦੇ ਵਿੱਚ ਹੀ ਕੰਮ ਕਰਦੀ ਹੈ ਇਸੇ ਤਰ੍ਹਾਂ ਜਿਹੜਾ ਰੁਪਈਆ ਹੈ ਜੀ ਜਿੱਦਾਂ ਇੰਡੀਆ ਦੀ ਕਰੰਸੀ ਜਿਹੜੀ ਰੁਪਈਆ ਹੈ ਜੀ ਤੁਸੀਂ ਇਸ ਨੂੰ ਬੈਸੇ ਤਾਂ ਆਪਣੇ ਜੇਬ ਦੇ ਵਿੱਚ ਰੱਖ ਦਿਓ ਹੁਣ ਬਹੁਤ ਜਲਦੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ 2022-23 ਦਾ ਜਿਹੜਾ ਬਜਟ ਹੈ ਜੀ ਉਸ ਮੌਕੇ ਜਿਹੜੀ ਵਿੱਤ ਮੰਤਰੀ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਡਿਜੀਟਲ ਕਰੰਸੀ ਜਿਹੜੀ ਹੈ ਜੀ ਬਹੁਤ ਜਲਦੀ ਆ ਰਹੀ ਹੈ ਤੁਸੀਂ ਇਸ ਨੂੰ ਪਰਚੂਨ ਦੀ ਵਰਤੋਂ ਦੇ ਵਾਸਤੇ ਵੀ ਵਰਤ ਸਕਦੇ ਹੋ ਤੇ ਥੋਕ ਲੈਣ ਦੇ ਜਿਹੜਾ ਹੈ ਜੋ ਉਸ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਵੇਗੀ। ਇਹਦੇ ਵਿੱਚ ਉਹੀ ਜਿਹੜੀ ਸਿਸਟਮ ਹੈ ਜੀ ਬਲੋਕਚੇਨ ਟੈਕਨੋਲੋਜੀ ਜਿੱਦਾਂ ਕਿ ਬਿਟਕੋਇਨ ਦੇ ਵਾਸਤੇ ਵਰਤੀ ਜਾਂਦੀ ਹੈ। ਬਿਲਕੁਲ ਸੇਮ ਜਿਹੜੀ ਵਰਤੀ ਜਾਵੇਗੀ ਤੇ ਇਹ ਜਿਹੜੀ ਦੁਨੀਆ ਦੀ ਸਭ ਤੋਂ ਸੇਫ ਟੈਕਨੋਲੋਜੀ ਹੈ। ਇਹਦੇ ਵਿੱਚ ਆਮ ਲੋਕ ਜਿਹੜੇ ਹਨ ਉਹ ਵੀ ਤੇ ਕਾਰੋਬਾਰੀ ਲੋਕ ਜਿਹੜੇ ਕੀ ਜਿੱਦਾਂ ਕਿ ਵਪਾਰੀ ਵਗੈਰਾ ਲੋਕ ਹਨ ਉਹ ਵੀ ਇਸ ਡਿਜੀਟਲ ਕਰੰਸੀ ਦੀ ਜਿਹੜੀ ਵਰਤੋਂ ਕਰ ਸਕਦੇ ਹਨ। ਬਾਕੀ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੋਈ ਵੀ ਇਸ ਵਿੱਚ ਜੋਖਮ ਨਹੀਂ ਹੋਵੇਗਾ ਜਿਹੜਾ ਇਸ ਦਾ ਮੁੱਲ ਹੈ ਜੀ ਬਿਲਕੁਲ ਨਾਰਮਲ ਕਰੰਸੀ ਦੀ ਤਰ੍ਹਾਂ ਹੋਵੇਗਾ ਤੇ ਹਰ ਜਗ੍ਹਾ ਇਸ ਨੂੰ ਸਵੀਕਾਰ ਕੀਤਾ ਜਾਵੇਗਾ ਬਾਕੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਿਹੜੀ ਇਹ ਡਿਜੀਟਲ ਕਰੰਸੀ ਹੈ ਜੀ ਸਿਰਫ ਇੰਡੀਆ ਦੇ ਵਿੱਚ ਨਹੀਂ ਚੱਲੇ ਇਸ ਟਾਈਮ ਤਕਰੀਬਨ 100 ਤੋਂ ਜ਼ਿਆਦਾ ਦੇਸ਼ ਹਨ ਜਿਹੜੇ ਕਿ ਇਸ ਨੂੰ ਪੇਸ਼ ਕਰਨ ਦੇ ਵਾਸਤੇ ਇੱਕ ਯੋਜਨਾ ਜਿਹੜੀ ਬਣਾ ਰਹੇ ਹਨ ਹੋ ਸਕਦਾ ਹੈ ਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਸਾਰਾ ਕੁਝ ਹੈ ਜੀ ਡਿਜੀਟਲ ਰੂਪ ਦੇ ਵਿੱਚ ਸ਼ੁਰੂ ਹੋ ਜਾਵੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਅੱਜ ਦੀ ਵੀਡੀਓ ਦੇਖੀ ਧੰਨਵਾਦ